100 ਗੱਡੀਆਂ ਇਹ ਫਸਦੀਆਂ ਟੁੱਟਦੀਆਂ ਲੋਕਾਂ ਦੀਆਂ, ਪ੍ਰਸ਼ਾਸਨ ਦੀ ਨਾਕਾਮੀ ਆ। ਇੱਥੇ ਸਰਕਾਰ ਨੂੰ ਦੇਖਣਾ ਚਾਹੀਦਾ, ਦੋ ਦੋ ਤਿੰਨ ਤਿੰਨ ਫੁੱਟ ਡੂੰਘੇ ਖੱਡੇ ਆ, ਤਿੰਨ ਤਿੰਨ ਫੁੱਟ ਡੂੰਘੇ ਖੱਡੇ ਆ, ਗੱਡੀ ਦਾ ਨਾ ਹਾਲ ਦੇਖੋ ਕੀ ਹੋ ਗਿਆ। ਇਹ ਮਲਹਾਰ ਰੋਡ ਹੈ ਜੀ, ਗੱਡੀ ਪਾਰਕ ਕਰਕੇ ਹਟਿਆ ਅਤੇ ਜਿਹਦੀ ਗੱਡੀ ਵਿੱਚ ਗੱਡੇ ਦੇ ਗਿਰ ਗਈ। ਪਲੇਅਰ ਰੋਡ ਆ, ਵਿੱਚੇ ਗੱਡੀ ਧੱਸ ਗਈ। रविवार 19 जुलाई को स्मार्ट सिटी के अंतर्गत निर्माणाधीन मल्हार रोड पर डिजायर कार फंसने से पूरा माहौल आपत्तिजनक हो गया, जिसे बाद में पास बन रही बिल्डिंग के मजदूरों ने कड़ी मशक्कत के बाद निकाला। कार सवार ने बताया कि उन्होंने जैसे ही मल्हार रोड पर अपनी गाड़ी पार्क की तो गाड़ी जमीन में धंस गई, उन्हें कुछ समझ नहीं आया। कार सवार ने बताया कि गाड़ी का बम्पर टूटते हुए काफ़ी ज़्यादा नुकसान हो गया। कार सवार ने कहा कि स्मार्ट सिटी के अंतर्गत आती मल्हार रोड पर हल्की बूंदाबांदी से दलदल बन जाता है, जिससे इस प्रकार की स्थिति आए दिन मुसाफिरों को झेलनी पड़ती है। वहीं इलाके में योजनाबद्ध पार्किंग सुविधा ना होने के कारण अक्सर मुसाफिरों को आपत्तिजनक परिस्थितियों का सामना करना पड़ता है। उन्होंने ऐसे प्रशासन व स्मार्ट सिटी की नाकामी बताया। आइए देखें तस्वीरें। अरे चलो यार, भर गया जान गया तो साला चल हटिया जदी गड्डी विच गड्डे दे गिर गई ना, कोई उत्ते कोई पोल लगाया कुछ लगाया कि बंदे नूं पता लग जाए भी गड्डा हैगा कुछ हैगा, कुछ भी नहीं हैगा। प्लेन रोड आ, विच गड्डी धस गई। इह कीड़ी रोड है? ਇਹ ਮਲਹਾਰ ਰੋਡ ਹੈ ਜੀ। ਤੇ ਇੱਥੇ ਅੱਗੇ ਵੀ ਇਦਾਂ ਦੀ ਤੁਸੀਂ ਆਉਂਦੇ ਰਹਿੰਦੇ ਹੋ, ਇਦਾਂ ਦੀ ਪ੍ਰੋਬਲਮ? ਹਾਂਜੀ ਸਰ, ਬਿਲਡਿੰਗ ਮੈਂ ਹੀ ਬਣਾ ਰਿਹਾ ਜੀ। ਅੱਛਾ, ਤੇ ਮਤਲਬ ਤੁਸੀਂ ਬਣਾ ਰਹੇ ਹੋ ਤੇ ਇੱਥੇ ਇਹ ਇਹੋ ਜੀ ਪ੍ਰੋਬਲਮ ਆਈ? ਹਾਂਜੀ ਹਾਂਜੀ। ਅੱਜ ਕਿੰਨੀ ਤਰੀਕ ਹੈ? ਅੱਜ ਸਰ ਹੈਗੀ ਹੈ ਜੀ 19 ਤਰੀਕ ਹੈ ਜੀ, ਸੰਡੇ ਦੇ ਦਿਨ ਸੀ। ਹਾਂਜੀ, ਸੰਡੇ ਦਾ ਦਿਨ ਹੈ ਜੀ। ਠੀਕ ਹੈ ਜੀ, ਧੰਨਵਾਦ। ਇੱਥੇ ਸਰਕਾਰ ਨੂੰ ਦੇਖਣਾ ਚਾਹੀਦਾ, ਦੋ ਦੋ ਤਿੰਨ ਤਿੰਨ ਫੁੱਟ ਡੂੰਘੇ ਖੱਡੇ ਆ, ਗੱਡੀ ਆਉਣਾ ਜੀ ਤਾਂ ਕਿਤੇ ਦਾ ਪਾਰਕ ਕਰਕੇ ਹੁਣ ਮਾੜਾ ਮੋਟਾ ਕਿਤੇ ਸਮਾਨ ਲੈਣਾ ਹੀ ਆ। ਤਿੰਨ ਤਿੰਨ ਫੁੱਟ ਡੂੰਘੇ ਖੱਡੇ ਆ, ਗੱਡੀ ਦਾ ਨਾ ਹਾਲ ਦੇਖੋ ਕੀ ਹੋ ਗਿਆ। ਬੰਪਰ ਬੁੰਪਰ ਸਾਰਾ 5000 10000 ਦਾ ਨੁਕਸਾਨ ਹੋ ਗਿਆ ਮਿੰਟ 'ਚ। ਤੁਸੀਂ ਪਹਿਲੀ ਵਾਰੀ ਭਾਅ ਜੀ ਲੁਧਿਆਣੇ ਆ ਜਾਂ ਲੁਧਿਆਣੇ ਦੇ ਰਹਿਣ ਵਾਲੇ? ਲੁਧਿਆਣੇ ਦੇ ਰਹਿਣ ਵਾਲੇ। ਇੱਥੇ ਕੋਈ ਨਿਸ਼ਾਨ ਨਹੀਂ, ਕੋਈ ਕੁਛ ਨਹੀਂ, ਮਤਲਬ ਕਿ ਇੱਥੇ ਖੱਡੇ ਹੁਣ ਕੋਈ ਵੀ ਗੱਡੀ ਉਰੇ ਡੇਲੀ ਦੀਆਂ ਤਕਰੀਬਨ 100 ਗੱਡੀਆਂ ਇਹ ਫਸਦੀਆਂ ਟੁੱਟਦੀਆਂ ਲੋਕਾਂ ਦੀਆਂ। ਕੀ ਕਹੋਗੇ ਪ੍ਰਸ਼ਾਸਨ ਨੂੰ, ਕੀ ਕਹੋਗੇ ਵੀ ਪ੍ਰਸ਼ਾਸਨ ਦੀ ਨਾਕਾਮੀ ਆ? ਬਿਊਰੋ ਰਿਪੋਰਟ, ਜਨਹਿਤੇਸ਼ੀ।